ਕਰਨੇ ਦੀ ਪੀੜਤ ਜੋ ਕਿ ਪੰਜਾਬ ਦੇ 25 ਲੱਖ ਲੋਕ ਪਰ ਰਹੇ ਜੀ ਕੰਪਨੀ ਤੋਂ ਪੀੜਤ ਨੇ ਉਹਨਾਂ ਦੀ ਲੜਾਈ ਲੜ ਰਹੀ ਹੈ ਕੱਲ ਤੋਂ ਅਸੀਂ ਲੁਧਿਆਣੇ ਦੇ ਵਿੱਚ ਪਹੁੰਚੇ ਹੋਏ ਆ ਸਾਰਾ ਦਿਨ ਲੁਧਿਆਣਾ ਦੀ ਦਾਣਾ ਮੰਡੀ ਦੇ ਵਿੱਚ ਧਰਨਾ ਦੇਣ ਦੇ ਬਾਵਜੂਦ ਜਦ ਕੋਈ ਪ੍ਰਸ਼ਾਸਨ ਅਧਿਕਾਰੀ ਸਾਡੇ ਕੋਲ ਨਾ ਪੁੱਛਿਆ ਤਾਂ ਅਸੀਂ ਸ਼ਾਮ ਨੂੰ ਰੇਲਵੇ ਟ੍ਰੈਕ ਜਿਹੜਾ 4 ਘੰਟੇ ਵਿਆਮ ਰੱਖਿਆ ਤੇ ਉੱਥੇ ਡੀਸੀ ਸਾਹਿਬ ਨੇ ਸਾਡੇ ਨਾਲ ਜੋ ਵਾਅਦਾ ਕੀਤਾ ਸੀਗਾ ਕਿ ਅਸੀਂ 3 ਮੰਗਾਂ ਉੱਥੇ ਰੱਖੀਆਂ ਸੀਗੀਆਂ ਇੱਕ ਤਾਂ ਇੱਥੇ ਨੇੜੇ ਲੁਧਿਆਣੇ ਦੇ ਨੇੜੇ ਪਿੰਡਾਂ ਦੇ ਵਿੱਚ ਜਿਹੜੀ ਜ਼ਮੀਨ ਆ ਉਹ ਪੰਜਾਬ ਦੇ ਵਿਧਾਇਕ ਕਾਂਗਰਸ ਦੇ ਵਿਧਾਇਕ ਰਾਜਾ ਬੜੇ ਕਿਤੇ ਕੁਝ ਬੰਦੇ ਨੇ ਨਜਾਇਜ਼ ਤਰੀਕੇ ਨਾਲ ਦੱਬੀ ਹੋਈ ਆ ਉਹਦੇ ਉੱਤੇ ਦਫਾ 45 ਲਵਾ ਕੇ ਉਹਨੂੰ ਯਾਦ ਕਰਵਾਇਆ ਜਾਵੇ ਕਿਉਂਕਿ ਉਹ ਜ਼ਮੀਨ ਸੁਪਰੀਮ ਕੋਰਟ ਦੇ ਆਰਡਰਾਂ ਮੁਤਾਬਕ ਬੜੀ ਲੋਟਾ ਕਮੇਟੀ ਨਾਲ ਜ਼ਮੀਨ ਉਹ ਜਿਹੜੀ ਅਟੈਚ ਹੈ ਤਾਂ ਕਿ ਉਹ ਜ਼ਮੀਨ ਨੂੰ ਲੋਟਾ ਕਮੇਟੀ ਵੇਚ ਕੇ ਜਿਹੜੇ ਲੋਕਾਂ ਦੇ ਪੈਸੇ ਵਾਪਸ ਕਰ ਸਕੇ ਪੰਜਾਬ ਦੇ 25 ਲੱਖ ਲੋਕਾਂ ਨੂੰ ਜਿਹੜਾ ਇਨਸਾਫ ਮਿਲ ਸਕੇ ਤੇ ਉਹਨਾਂ ਦੋਸ਼ੀਆਂ ਦੇ ਉੱਤੇ ਪਰਚਾ ਕਰਕੇ ਬਣਦੀ ਕਾਰਵਾਈ ਹੋਵੇ। ਸਰਕਾਰ ਦੇ ਖਜ਼ਾਨੇ ਚੋਂ ਲੋਕ ਪੈਸਾ ਨਹੀਂ ਮੰਗਦੇ, ਸਰਕਾਰ ਤੋਂ ਕੁਝ ਨਹੀਂ ਮੰਗਦੇ, ਸਰਕਾਰ ਤੋਂ ਤਾਂ ਸਿਰਫ ਕਾਰਵਾਈ ਮੰਗਦੇ ਆ ਕਿ ਆਹ ਪਈਆਂ ਨੇ ਪ੍ਰਾਪਰਟੀਆਂ ਤੁਸੀਂ ਇਹਨੂੰ ਸਰਕਾਰ ਕਬਜ਼ੇ 'ਚ ਲਵੇ, ਇਹਦੇ 'ਚ ਕਿਸੇ ਕਮਿਸ਼ਨ ਦੀ ਜ਼ਬਤੀ ਲਾਵੇ, ਇਹਨਾਂ ਨੂੰ ਦੇਖ ਕੇ ਲੋਕਾਂ ਨੂੰ ਪੈਸੇ ਦਿੱਤੇ ਜਾਣ। ਪਰ ਉਹਨਾਂ ਪ੍ਰਾਪਰਟੀਆਂ 'ਤੇ ਜਿੱਥੋਂ ਇਹਨਾਂ ਲੋਕਾਂ ਦਾ ਪੈਸਾ ਆਉਣਾ ਉੱਥੇ ਕਾਂਗਰਸ ਦੇ ਵੱਡੇ ਵੱਡੇ ਲੀਡਰ ਕਬਜ਼ਾ ਕਰੀ ਜਾਂਦੇ ਨੇ, ਪ੍ਰਸ਼ਾਸਨ ਦੇ ਨਾਲ ਰਲ ਕੇ, ਸਿਵਲ ਪ੍ਰਸ਼ਾਸਨ ਦੇ ਨਾਲ ਰਲ ਕੇ ਕਬਜ਼ਾ ਕਰਿਆ ਜਿਹੜਾ ਉਹਨਾਂ ਨੂੰ ਰੋਕਦਾ। ਕਿਸੇ ਪਿੰਡ ਦਾ ਪਤਵੰਤਾ ਕੋਈ ਚੰਗਾ ਸਰਪੰਚ ਮੈਂਬਰ ਉਹਦੇ 'ਤੇ ਝੂਠੇ ਪਰਚੇ ਕੀਤੇ ਜਾਂਦੇ ਆ, ਤੁਹਾਡੇ ਇੱਥੇ ਮਾਇਨਕ ਦੇ ਝੂਠੇ ਪਰਚੇ ਦਰਜ ਹੋਏ ਆ ਜਿਨ੍ਹਾਂ ਨੇ ਪਰਲ ਦੀ ਪ੍ਰਾਪਰਟੀ 'ਤੇ ਗੁੰਡੇ ਕਾਬਜ਼ ਨਹੀਂ ਹੋਈ। ਹਰਿਆਣੇ 'ਚੋਂ 200 ਗੁੰਡਾ ਪਸਤੌਲ ਪਾ ਕੇ ਪੰਜਾਬ ਦੇ ਪੰਜਾਬ ਦੀ ਧਰਤੀ 'ਤੇ ਗੁੰਡਾਗਰਦੀ ਕਰਦਾ ਫਿਰਦਾ ਪੰਜਾਬ ਸਰਕਾਰ ਕੀ ਕਰਦੀ ਆ, ਪੰਜਾਬ ਪੁਲਿਸ ਕੀ ਕਰਦੀ ਹੈ? ਅਤੇ ਸਾਡੀ ਇਹ ਮੰਗ ਆ ਕਿ ਸਰਕਾਰ ਗੌਰ ਕਰੇ, ਗੌਰ ਕਰਕੇ ਕਾਰਵਾਈ ਕਰੇ ਇਹਨਾਂ ਲੋਕਾਂ ਦਾ ਪੈਸਾ। ਤਿੰਨ ਵਾਰ ਲੱਖ ਲੱਖ ਬੰਦਾ ਲੈ ਕੇ ਧਰਨਾ ਲਾ ਚੁੱਕਿਆ, ਜੇਤਲੀ ਨਾਲ 2 ਮੀਟਿੰਗਾਂ ਹੋ ਚੁੱਕੀਆਂ ਨੇ, ਉੱਪਰ ਤੋਂ ਲੈ ਕੇ ਥੱਲੇ ਸਰਕਾਰਾਂ ਇਹ ਲੀਡਰ ਇਹ ਸਭ ਕਰਪਟ ਨੇ, ਇਹ ਲੋਕਾਂ ਨੂੰ ਬੇਵਕੂਫ ਬਣਾ ਕੇ ਵੋਟਾਂ ਲੈਂਦੇ ਆ, ਲਾਰੇ ਕੁਝ ਹੋਰ ਲਾਉਂਦੇ ਆ। ਮੋਦੀ ਨੇ ਕਿਹਾ ਸੀ ਕਾਲਾ ਧਨ ਲੈ ਕੇ ਆਊਂਗਾ, ਕੈਪਟਨ ਨੇ ਕਿਹਾ ਸੀ ਮੈਂ ਅੱਜ ਕਰ ਦੂੰ ਬਾਅਦ ਕਰ ਦੂੰ, ਸਭ ਭੁੱਲ ਗਏ, ਸਭ ਭੁੱਲ ਗਏ। ਲੋਕ ਸੜਕਾਂ ਤੇ ਰੇਲ ਦੀਆਂ ਪਟੜੀਆਂ ਤੇ ਬੈਠਿਆ, ਤੁਸੀਂ ਦੇਖ ਲਓ, ਇਨਸਾਫ ਮੰਗਦੇ ਆ, ਸਰਕਾਰ ਤੋਂ ਕੁਝ ਨਹੀਂ ਮੰਗਦੇ, ਸਰਕਾਰ ਨੂੰ ਤੇ ਕਹਿੰਦੇ ਸਿਰਫ ਇਨਸਾਫ ਕਰ, ਤੂੰ ਤੇਰੇ ਖਜ਼ਾਨੇ 'ਚੋਂ ਇਹਨਾਂ ਨੇ ਕੁਝ ਨਹੀਂ ਲੈਣਾ। ਕਿੰਨੀਆਂ ਰੁਕੀਆਂ ਨੇ ਅੱਜ ਤੁਹਾਡੇ ਸਾਹਮਣੇ ਆ ਜੀ, ਮੈਨੂੰ ਨਹੀਂ ਪਤਾ ਵੀ ਕਿੰਨੀਆਂ ਰੁਕੀਆਂ ਨੇ, ਮੈਂ ਤਾਂ ਆਪਾਂ ਅੱਗੇ ਨਹੀਂ ਬੈਠਾ, ਸੰਗਤ ਹੈ, ਆਤਮਾ ਹਾਈ ਆਈ ਆ, ਦੁਖੀ ਲੋਕ ਨੇ, ਕੁਝ ਲੋਕ ਸੁਸਾਈਡ ਵੀ ਕਰ ਚੁੱਕੇ ਨੇ, ਪੰਜਾਬ ਦਾ ਸਰਵੇਖਣ ਕਰਾਓ, ਸੁਸਾਈਡ ਕਰ ਚੁੱਕੇ ਨੇ, ਇੱਥੇ ਮਰਨ ਨੂੰ ਵੀ ਤਿਆਰ ਨੇ।